बैंकॉक ਵਿੱਚ আয়োজিত এশিয়ান অ্যাথলেটিক চ্যাম্পিয়নশিপ 2023 ਵਿੱਚ ਪਟਿਆਲਾ ਰੀਲ ਇੰਜਨ ਕਾਰਖਾਨੇ ਦੀ ਸ਼ਾਰਟ ਪੁੱਟ ਖਿਡਾਰੀ ਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਾਪਤੀ ਕਰਕੇ ਹਾਦਰਾ ਨਾ ਰਾਸ਼ਨ ਕੀਤਾ ਹੈ ਮਨਪ੍ਰੀਤ ਕੌਰ ਨੇ 12 ਮੀਟਰ ਦੀ ਸ਼ਾਨਦਾਰ ਥਰੋ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ ਪਟਿਆਲਾ ਰੀਲ ਇੰਜਨ ਕਾਰਖਾਨੇ ਦੇ ਪ੍ਰਮੁੱਖ ਪ੍ਰਬੰਧਕੀ ਅਧਿਕਾਰੀ प्रमोद ਕੁਮਾਰ ਨੇ ਮਨਪ੍ਰੀਤ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ ਅਤੇ ਉਸ ਦੀ ਖੇਡ ਪ੍ਰਤੀ ਆਪਣੀ ਸਮਰਪਣ ਲਗਨ ਅਤੇ ਜਨੂੰਨ ਦੀ ਤਾਰੀਫ ਕੀਤੀ ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਸਫਲਤਾ ਪੀਐਲ